ਦੇਸ਼ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੇਨਿਕ ਸੂਰਾ ਟਾਈਮਸ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਹੋਇਆ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਬੇਜੁਬਾਨ ਜਾਨਵਰ ਦੀਆਂ ਪਹਿਲਾਂ ਲੱਤਾਂ ਕੱਟੀਆਂ ਗਈਆਂ ਉਸ ਤੋਂ ਬਾਅਦ ਜਾਨਵਰ ਦੀ ਜਿਹੜੀ ਹੈ ਹੱਤਿਆ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਇੱਕ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਸੰਸਥਾ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਹੈ ਤਾਂ ਸਾਰਾ ਜਿਹੜਾ ਮਾਮਲਾ ਹੈ ਉਜਾਗਰ ਹੁੰਦਾ ਹੈ ਔਰ ਬਹੁਤ ਸਾਰੇ ਇਥੇ ਵੀਰ ਨੇ ਜਿਨ੍ਹਾਂ ਦੇ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਇਸ ਘਟਨਾ ਦੇ ਉੱਪਰ ਸਰ ਘਟਨਾ ਕੀ ਹੈ ਘਟਨਾ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਜੀ ਅਸੀਂ ਗਾਂਧੀ ਕੈਂਪ ਸਤਨਾਮ ਨਗਰ ਦੇ ਵਾਸੀ ਆ ਤੇ ਪਰਸੋਂ ਕਰੀਬ ਦੁਪਹਿਰ ਦਾ ਟਾਈਮ ਸੀ 2:30 ਵਜੇ ਇੱਕ ਗਲੀ ਦਾ ਕੁੱਤਾ ਜੀ ਜਿਹੜਾ ਵੀ ਸਾਰੇ ਬੱਚੇ ਵੀ ਛੋਟੇ ਬੱਚੇ ਉਹਨਾਂ ਖੇਡਦੇ ਸੀਗੇ ਉਹਦੇ ਉੱਤੇ ਬੈਠ ਜਾਂਦੇ ਸੀ ਇੱਕ ਕਰਿਆਨੇ ਦੀ ਦੁਕਾਨ ਹੈ ਸਾਡੇ ਮੱਲੇ ਰਮੇਸ਼ ਕਰਿਆਨਾ ਸਟੋਰ ਉਹ ਬੱਚੇ ਇਵਨ ਕੀ ਉਹਦੇ ਉੱਤੇ ਸੀਟਿੰਗ ਵੀ ਕਰਦੇ ਸੀਗੇ ਕੁੱਤੇ ਦੇ ਤੇ ਉਹ ਖੇਡਦਾ ਸੀਗਾ ਸਭ ਕੁਝ ਸੀਗਾ ਵੀ ਠੀਕ ਸੀਗਾ ਸਾਡੀ ਕੋਈ ਨੌਲੇਜ ਵਿੱਚ ਨਹੀਂ ਹੈਗਾ ਜੀ ਪਰ ਉਹਨੂੰ ਬੜੀ ਬੇਰਹਿਮੀ ਦੇ ਨਾਲ ਗਲੀ ਦੇ ਵਿੱਚ ਨਾ ਦਾਤਰਾਂ ਨਾਲ ਮਾਰਿਆ ਗਿਆ ਬੇਰਹਿਮੀ ਨਾਲ ਲੱਤਾ ਅੱਡੇ ਜੀ ਜਿੱਦਾਂ ਉਹਦੀਆਂ ਦਾਤਰ ਦੇ ਨਾਲ ਮਾਰਿਆ ਗਿਆ ਵਾ ਉਸ ਜਾਲ ਪਾ ਕੇ ਇਹ ਚੀਜ਼ ਨੂੰ ਜਿੱਦਾਂ ਹਨਾ ਉਹਨਾਂ ਨੇ ਇੱਕ ਟੀਮ ਵਰਕ ਦੇ ਨਾਲ ਕੀਤਾ ਜੀ ਮਹੱਲੇ ਦੇ ਵਾਸੀਆਂ ਨੇ ਇੱਕ ਘਰ ਨੇ ਤੇ ਉਹ ਸਾਰੇ ਮਹੱਲੇ ਵਿੱਚ ਰੋਸ ਹੈ ਜੀ ਉਸ ਦਿਨ ਕੋਈ 100 150 ਜਨਾਨੀ ਸੀਗੀ ਇੱਥੇ ਤੇ ਮੈਂ ਇਹ ਦਾਅਵੇ ਨਾ ਕਹਿ ਸਕਦਾ ਜੀ ਕੋਈ 50 ਘਰਾਂ ਵਿੱਚ ਉਦੋਂ ਰੋਟੀ ਨਹੀਂ ਬਣੀ ਹੋਣੀ ਤੇ ਅਹੀਂ ਹਨਾ ਇਹ ਰੋਸ ਆ ਇੱਕ ਸਟਰੀਟ ਡੌਗ ਸਿਗਾ ਕਿਸੇ ਦਾ ਸਾਡਾ ਪਾਲਿਆ ਨਹੀਂ ਸਿਗਾ ਪਰ ਉਹਨਾਂ ਇੰਨੀ ਇੱਕ ਜਾਨਵਰ ਨਾਲ ਬੇਇਨਸਾਫੀ ਸਾਡੀ ਸਮਝ ਤੋਂ ਪਰੇ ਆ ਜੀ ਅਹੀਂ ਪਰਸੋਂ ਹਨਾ ਜੀ ਮੈਂ ਇਹ ਕਹਿਣ 'ਚ ਮੈਨੂੰ ਕੋਈ ਸ਼ਰਮ ਨਹੀਂ ਹੈਗੀ ਵੀ ਘਰ ਜਾ ਕੇ ਜਦੋਂ ਗੱਲ ਕੀਤੀ ਨਾ ਪੜ੍ਹੇ ਲਿਖੇ ਐਜੂਕੇਟਿਡ ਬੰਦਿਆਂ ਨੇ ਇਹੀ ਕਿਹਾ ਵੀ ਇਹ ਬੰਦਾ ਜਾਂ ਤਾਂ ਦਿਮਾਗੀ ਰੂਪ ਵਿੱਚ ਬਿਮਾਰ ਆ ਏਦਾਂ ਦਾ ਕੰਮ ਆਮ ਨਹੀਂ ਕਰ ਸਕਦਾ ਜਿੱਦਣ ਹੱਤਿਆ ਹੋਈ ਕੁੱਤੇ ਦੀ ਜੀ ਬੱਚਿਆਂ ਦੇ ਛੋਟੇ ਬੱਚੇ ਉਹ ਸੱਚਾਈ 'ਚ ਮੇਰੇ ਨਿਆਣੇ ਮੇਰੇ ਨਾਲ ਘੁੰਦੇ ਆ ਜੀ ਜਿਹੜੇ ਹੁਣ ਗੇਟੋਂ ਬਾਹਰ ਨਹੀਂ ਆਂਦੇ ਮੈਂ ਕੱਲਾ ਘੁੰਮਂਦਿਆ ਵਾਂ ਇੰਨੀ ਦਹਿਸ਼ਤ ਆ ਜੀ ਇਹਦੇ ਤੋਂ ਜ਼ਿਆਦਾ ਤੇ ਆਪਾਂ ਕੋਈ ਨਹੀਂ ਕਹਿ ਸਕਦੇ ਬਾਕੀ ਤਾਂ ਆਪ ਪ੍ਰਸ਼ਾਸਨ ਨੂੰ ਆਪ ਸਮਝਣਾ ਚਾਹੀਦਾ ਜੀ ਕਿ ਅਸੀਂ ਕੁੱਤੇ ਪਿੱਛੇ ਇੰਨਾ ਹੋ ਨਹੀਂ ਹੋ ਗਿਆ ਜੀ ਪਰ ਇਹਦਾ ਕੋਈ ਕਾਰਨ ਹਨਾ ਸਾਡੀ ਸਮਝ ਤੋਂ ਪਰਿਆ ਇਨਸਾਨੀਅਤ ਮਰੀ ਜੀ ਪਰਸੋਂ ਕੁੱਤਾ ਨਹੀਂ ਮਰਿਆ ਹੋਰ ਵੀ ਇੱਥੇ ਜਿਹੜੇ ਸਥਾਨਕ ਵਾਸੀ ਨੇ ਮੌਜੂਦ ਨੇ ਜਾਣ ਲੈਂਦੇ ਸਰ ਲੱਗਦਾ ਹੈ ਕਿ ਬੇਜੁਬਾਨ ਜਾਨਵਰ ਜਿਹੜਾ ਸੀਗਾ ਕਈ ਤਵਰੀ ਤਾਂ ਕਿਹਾ ਜਾਂਦਾ ਹੈ ਕਿ ਜਿਵੇਂ ਬੱਚਿਆਂ ਨੂੰ ਕੱਟ ਦਿੰਦਾ ਹੈ ਵੜ ਦਿੰਦਾ ਹੈ ਕੋਈ ਇਦਾਂ ਦਾ ਮਾਮਲਾ ਆਇਆ ਸੀਗਾ ਕਿ ਜਿੱਦਾਂ ਕਰਕੇ ਜਿਹੜਾ ਖੁੰਦਕ ਦੇ ਵਿੱਚ ਇਦਾਂ ਇਲਜ਼ਾਮ ਦਿੱਤਾ ਗਿਆ ਵੇਸ ਵਾਰਦਾਤ ਨੂੰ ਨਹੀਂ ਜੀ ਨਹੀਂ ਇਦਾਂ ਦਾ ਕੋਈ ਕੋਈ ਇਦਾਂ ਦਾ ਕੋਈ ਮਾਮਲਾ ਨਹੀਂ ਆਇਆ ਹੈਗਾ ਕਿਉਂਕਿ ਜੇ ਐਦਾਂ ਦਾ ਮਾਮਲਾ ਹੁੰਦਾ ਨਾ ਤੇ ਮਹੱਲੇ ਦੇ ਦਿਲਾਂ ਦੇ ਵਿੱਚ ਇੰਨਾ ਰੋਸ਼ ਨਹੀਂ ਸੀ ਹੋਣਾ ਜੇ ਐਦਾਂ ਦਾ ਮਾਮਲਾ ਹੁੰਦਾ ਤੇ ਸਾਰੇ ਮਹੱਲੇ ਨੇ ਕਹਿਣਾ ਸੀ ਇਹ ਬਹੁਤ ਚੰਗਾ ਕੰਮ ਕੀਤਾ ਜੋ ਕਿ ਹੁਣ ਮਹੱਲਿਆ ਦੇ ਹਰ ਹਰ ਆਦਮੀ ਦੇ ਵਿੱਚ ਮਨ ਦੇ ਵਿੱਚ ਇੰਨਾ ਰੋਸ਼ ਹੈ ਨਾ ਇਹਦੇ ਪ੍ਰਤੀ ਵੀ ਇਹਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇਹਨੂੰ ਜੋ ਵੱਧ ਤੋਂ ਵੱਧ ਸਜ਼ਾ ਇਹਨੂੰ ਨਾ ਇਹਨੂੰ ਦਿੱਤੀ ਜਾਵੇ ਦੋਸ਼ੀ ਨੂੰ ਜਿਹੜੀ ਸ਼ਿਕਾਇਤ ਹੈ ਉਹ ਸੰਸਥਾ ਦੇ ਵੱਲੋਂ ਦਰਜ ਕਰਵਾਈ ਗਈ ਹੈ ਜੋ ਤੁਹਾਡੇ ਨਾਲ ਨਿਵਾਸੀ ਸੰਸਥਾ ਵੀ ਸੰਸਥਾ ਲੋ ਵੀ ਹੈ ਸੰਸਥਾ ਦੇ ਵਿੱਚ ਮਹੱਲਾ ਨਿਵਾਸੀ ਉਹ ਗਵਾ ਵੀ ਆ ਹਾਂਜੀ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤ ਵੀ ਪਹੁੰਚ ਚੁੱਕੀ ਹੈ ਗੱਲਬਾਤ ਵੀ ਕਰ ਲੈਣੇ ਆ ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਕੋਲ ਇਸ ਵੇਲੇ ਮਸਲਾ ਪਹੁੰਚ ਗਿਆ ਹੈ ਸਰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਕੰਪਲੀਟ ਜਿਹੜੀ ਹੈ ਸਥਾਨਕ ਲੋਕਾਂ ਦੇ ਨਾਲ-ਨਾਲ ਜਿਹੜੀ ਸੰਸਥਾ ਹੈ ਐਨੀਮਲ ਪ੍ਰੋਟੈਕਸ਼ਨ ਉਹਦੇ ਵੱਲੋਂ ਦਿੱਤੀ ਗਈ ਹੈ ਮਾਮਲਾ ਕੀ ਹੈ ਅਸਲ ਵਿੱਚ ਮਾਮਲਾ ਇਹ ਹੈ ਸਤਰਾਣ ਨਗਰ ਮੁਹੱਲੇ ਦੇ ਵਾਸੀ ਆਏ ਅੱਜ ਥਾਣਾ ਨੰਬਰ 2 ਡਿਵੀਜ਼ਨ ਜਲੰਧਰ ਚ ਜੀ ਇਹਨਾਂ ਨੇ ਆ ਕੇ ਦੱਸਿਆ ਵੀ ਮੁਹੱਲੇ ਦਾ ਇੱਕ ਵਿਅਕਤੀ ਹੈ ਜਿਹੜਾ ਨਾਲ ਉਹਦੇ ਦੋ ਤਿੰਨ ਹੋਰ ਮੁੰਡੇ ਨੇ ਉਹਨਾਂ ਨੇ ਇੱਕ ਮੁਹੱਲੇ ਦਾ ਕੁੱਤਾ ਜਿਹੜਾ ਸੀਗਾ ਉਹਨੂੰ ਬੇਰਮੀਨਾ ਮਾਰ ਕੇ ਕਿਤੇ ਗੁੰਮ ਕਰਤਾ ਦਬਾ ਦਿੱਤਾ ਹੈਗੇ ਤੇ ਉਹਦੀ ਤਫਤੀਸ਼ ਹੁਣ ਚੱਲ ਰਹੀ ਆ ਕੰਪਲੇਂਟ ਸਾਡੇ ਕੋਲ ਆ 18 ਤਰੀਕ ਦੀ ਵਾਰਦਾਤ ਆ ਅੱਜ ਇਹਨਾਂ ਦੀ ਕੰਪਲੇਂਟ ਸਾਡੇ ਕੋਲ ਆਈ ਆ ਉਸ ਹਸਾਬ ਨਾਲ ਵੈਰੀਫਾਈ ਜੋ ਕਰ ਰਹੇ ਆ ਅਫਸਰਾਂ ਦੇ ਬਾਲਾ ਦੀ ਜੀ ਮਤਕਾਨ ਕੀਤੀ ਗਈ ਹੈ ਕਿਹਦੇ ਵੱਲੋਂ ਹੱਤਿਆ ਕੀਤੀ ਗਈ ਨਹੀਂ ਹਜੇ ਕੋਈ ਕਲੀਅਰ ਨਹੀਂ ਹੋ ਰਿਹਾ ਜੀ ਹਾਂਜੀ ਜੋ ਵੀ ਦਾ ਮਾਮਲਾ ਸਾਹਮਣੇ ਆਏਗਾ ਉਸ ਹਸਾਬ ਨਾਲ ਕਾਰਵਾਈ ਅਮਲ ਚੱਲਿਆਂਦੀ ਆ ਜੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਹੈ ਸ਼ਿਕਾਇਤ ਦੇ ਆਧਾਰ ਤੇ ਉੱਤੇ ਜਿਹੜੀ ਕਾਰਵਾਈ ਆ ਉਹ ਕੀਤੀ ਜਾ ਰਹੀ ਹੈ ਪਰ ਮਾਮਲਾ ਜਿਹੜਾ ਦਰਦ ਭਰਿਆ ਹੈ ਜਿਹੜੇ ਲੋਕ ਜਾਨਵਰਾਂ ਨੂੰ ਪਿਆਰ ਕਰਦੇ ਨੇ ਆਪਣੇ ਘਰਾਂ ਦੇ ਵਿੱਚ ਰੱਖਦੇ ਨੇ ਉਹਨਾਂ ਦੇ ਦਿਲਾਂ ਨੂੰ ਠੇਸ ਜ਼ਰੂਰ ਪਹੁੰਚੀ ਹੈ ਔਰ ਉਹਨਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਔਰ ਨਾਲ ਦੀ ਨਾਲ ਅਪੀਲ ਇਹ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਨੂੰ ਕਿ ਇਸ ਤਰ੍ਹਾਂ ਦੇ ਜੋ ਦੋਸ਼ੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੇ ਘਟਨਾਵਾਂ ਜੜੀਆਂ ਨੇ ਉਹਨਾਂ ਵਾਪਰ ਸਕਣ ਕੈਮਰਾ ਪਰਸਨ ਪਮਨ ਦੇ ਨਾਲ ਮਹਿਮਨ ਚੰਦ ਦੈਨਿਕ ਸਵੇਰਾ ਟੀਵੀ ਜਲੰਧਰ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटे विच समाधान फ्री फ्री फ्री, फ्री मियां रफीक मोहम्मद मोबाइल 8434949647 8434949648 पंडित राधे शर्मा चमत्कार होंगे अपनी अखा के सामने चौवी घंटे परेशानी का हाल मुसलमानीकरण तो तो विदेश यात्रा लॉटरी तो तुम मिलेगा ज नहीं सच्चाई जानो लॉटरी नंबर पाओ छो उजा हो गुप्त रखी जाएगी प्यार धोखा खाए प्रेमी प्रेमिका एक बार जरूर मिलो मैं प्यार टुटन नहीं दवांग मोबाइल अठानवे सात सौ अठाठ जीरो 8558838617